ਮੈਂ ਜਿੱਦਣ ਦਾ ਆਉਣਾ ਮੈਨੂੰ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਗੈਰਤ ਔਰ ਪਿਆਰ ਹੀ ਨਜ਼ਰ ਆਉਂਦਾ। ਮੈਂ ਫੁੱਲ ਸਿੱਟਦਾ ਹਾਂ, ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾਂ ਗਨ ਮੈਨਾਂ ਤੋਂ ਮੈਂ ਇਕੱਲਾ, ਕਿ ਤੁਸੀਂ ਪੰਜ ਜਣੇ ਆ ਜਾਓ, ਪੰਜ ਅੰਕ ਬਹੁਤ ਸ਼ਾਨਦਾਰ ਬੈਠ ਕੇ ਗੱਲ ਕਰਦੇ ਹਾਂ, ਨਹੀਂ ਤਾਂ ਮੇਰੇ 'ਤੇ ਯਕੀਨ ਕਰੋ, ਰੱਬ ਦੀ ਸਹੁੰ ਜੋ ਮਰਜ਼ੀ ਸਜ਼ਾ ਦੇ ਦੇਣ। ਸਾਰੇ ਪੰਜਾਬੀ, ਇਕੱਲੇ ਕਿਸਾਨ ਨਹੀਂ, ਮੈਨੂੰ ਚੁਰਾਹੇ 'ਚ ਖੜ੍ਹੇ ਕਰਕੇ ਜੋ ਮਰਜ਼ੀ ਸਜ਼ਾ ਦੇ ਦੇਣ, ਮੇਰੇ 'ਤੇ ਯਕੀਨ ਕਰੋ, ਮੈਨੂੰ ਐਤਕੀ ਜਿਤਾਓ, ਮੈਂ ਤੁਹਾਡਾ ਵਿਚੋਲਾ ਬਣੂੰਗਾ, ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਿਆ ਕਰੂੰਗਾ। ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾਰਡਰਾਂ 'ਤੇ, ਲੋੜ ਹੀ ਨਹੀਂ ਪੈਗੀ ਲਾਈਨਾਂ 'ਤੇ ਬੈਠਣ ਦੀ, ਇਹ ਮੈਂ ਹੱਥ ਜੋੜ ਕੇ ਮਿੰਨਤ ਹੀ ਪਾ ਸਕਦਾ, ਹੋਰ ਤਾਂ ਕੁਛ ਨਹੀਂ ਕਰ ਸਕਦਾ। ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ? ਮੈਂ ਮਿਲਣ ਲਈ ਵੀ ਤਿਆਰ ਹਾਂ, ਵਾਅਦੇ ਕਰਨ ਲਈ ਵੀ ਤਿਆਰ ਹਾਂ, ਪਰ ਝੂਠਾ ਵਾਅਦਾ ਨਾ ਰੱਬ ਦਰਾਵੇ ਝੂਠੇ ਅਤੇ ਲਾਹਨਤ। ਕਿਸਾਨਾਂ ਦਾ ਕਹਿਣਾ ਵੀ ਅਸੀਂ ਧਰਨੇ ਤਾਂ ਬਹਿੰਦੇ, ਸਾਨੂੰ ਹੌਂਸਲਾ ਮਿਲਦੇ ਨਹੀਂ, ਨਾ ਇਸਨੂੰ ਮਿਲਣ ਦਿੱਤਾ ਜਾ ਰਿਹਾ। ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕਹੋ, ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਆ ਜਾਓ, ਮੈਂ ਇਕੱਲਾ ਹੋਵਾਂਗਾ, ਬਿਨਾਂ ਗੱਲ ਮੈਂ ਇਹਨਾਂ ਤੋਂ ਆਪਾਂ ਬੈਠ ਕੇ ਸਲਾਹ ਕਰਦੇ ਹਾਂ। ਹੁਣ ਦੱਸ ਦਿਓ ਕਿੱਥੇ ਅਤੇ ਕਦੋਂ ਮੈਂ ਹਾਜ਼ਰ ਹੋਵਾਂ? ਤੁਹਾਡਾ ਬੱਚਾ ਆ ਮੈਂ, ਤੁਹਾਡਾ ਭਰਾ ਆ ਮੈਂ, ਯਾਰ ਕੋਈ ਦੁਸ਼ਮਣ ਥੋੜ੍ਹੀ ਆ ਤੁਸੀਂ ਵੀ। ਤਾਂ ਮੈਂ ਸਿਕਿਉਰਿਟੀ ਇਸ ਕਰਕੇ ਲੱਗਦੀ ਆ ਕਿ ਗੱਡੀ 'ਚ ਉੱਧਰ ਡਾਂਗਾਂ ਬਾਲੀਆਂ ਮਾਰਤੀਆਂ, ਉਹ ਗੱਡੀ ਟੁੱਟ ਗਈ ਜਾਂ ਮੇਰੀ, ਇਸ ਕਰਕੇ ਸਿਕਿਉਰਿਟੀ ਲੱਗਦੀ ਆ। ਉਹਨਾਂ ਨੂੰ ਪਿਆਰ ਨਾਲ ਪੇਸ਼ ਆਓ ਅਤੇ ਭਾਸ਼ਾ ਚੰਗੀ ਵਰਤੋ, ਭਾਸ਼ਾ ਕਿਸਾਨਾਂ ਵਾਲੀ ਵਰਤੋ, ਗੁਰੂ ਵਾਲਾ ਜਿੱਦਾਂ ਬੋਲਦਾ ਉੱਦਾਂ ਵਰਤੋ, ਅਤੇ ਰੌਲਾ ਹੀ ਕੋਈ ਨਹੀਂ, ਤੁਹਾਡੇ ਦੁਸ਼ਮਣ ਨਹੀਂ। ਕਹਿੰਦੇ ਵੀ ਕਲਾਕਾਰ ਜਦੋਂ ਜਿੱਤ ਜਾਂਦਾ ਤਾਂ ਵਾਪਸ ਆਪਦੀ ਇੰਡਸਟਰੀ ਵਿੱਚ ਚਲਾ ਜਾਂਦਾ, ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ। ਤੁਸੀਂ ਮੇਰੀ ਮੈਨੂੰ ਸਾਰਿਆਂ ਨਾਲ ਨਾ ਮਿਲੋ, ਮੈਂ ਦਿੱਲੀ 'ਚ 5 ਸਾਲ ਜੋ ਜੰਮ ਜਾਂਦਾ, ਮੈਂ ਉਹ ਕਲਾਕਾਰ ਥੋੜ੍ਹੀ ਜਿੱਦਣ ਪਹਿਲਾਂ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 'ਚ, ਉਦੋਂ ਤੋਂ ਦੇਖਿਆ ਕਿਤੇ ਖਾੜਾ ਖੁੜਾ ਲਾਉਂਦੇ। ਮੈਂ ਝੂਠ ਰੱਬ ਨਾ ਬੁਲਾਵੇ, ਕਿਉਂਕਿ ਝੂਠੇ 'ਤੇ ਲਾਹਨਤ। ਹੰਸ ਰਾਜ ਕੀ ਮੁੱਦੇ ਲੈ ਕੇ ਜਾ ਰਹੇ ਨੇ, ਮਤਲਬ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ, ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਨੇ? ਇਸ ਤੋਂ ਇਲਾਵਾ ਬੜੇ ਮੁੱਦੇ ਨੇ ਯਾਰ, ਬੇਰੁਜ਼ਗਾਰੀ ਦਾ ਮੁੱਦਾ ਆ, ਜਦੋਂ ਰੁਜ਼ਗਾਰ ਮਿਲ ਗਿਆ, ਬੱਚਿਆਂ ਨੂੰ ਟਾਈਮ ਸਿਰ ਆਹਾਰ ਮਿਲ ਗਿਆ, ਉਹ ਨਸ਼ੇ ਛੱਡ ਦੇਣਗੇ, ਉਹ ਬਾਹਰ ਜਾਣਾ ਛੱਡ ਦੇਣਗੇ। ਜਦੋਂ ਇੰਡਸਟਰੀ ਆ ਗਈ, ਮੈਂ ਕਹਿੰਦਾ ਨਹੀਂ 24 ਘੰਟੇ 'ਚ ਅਸੀਂ ਨਸ਼ਾ ਖਤਮ ਕਰ ਦਿੰਦੇ, ਮੈਂ ਤਾਂ ਨਹੀਂ ਕਦੀ ਕਿਹਾ। ਜਦੋਂ ਮੈਂ ਇਹ ਕਹਿੰਦਾ ਕਿ ਮਨ ਲੱਜ਼ਤ ਦਾ ਆਸ਼ਿਕ ਹੈ, ਔਰ ਮੇਰੇ ਬਾਬਾ ਜੀ ਕਹਿੰਦੇ ਮਨ ਲੱਜ਼ਤ ਦਾ ਆਸ਼ਿਕ ਹੈ, ਇਹਨੂੰ ਡਾਈਵਰਟ ਕਰਨ ਦੀ ਲੋੜ ਆ, ਇਹਨੂੰ ਜਿੱਦੋਂ ਮਜ਼ਾ ਆਏਗਾ, ਜਿੱਦਾਂ ਮੈਨੂੰ ਸੰਗੀਤ 'ਚੋਂ ਮਜ਼ਾ ਆਉਂਦਾ, 5-10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ। ਬੜਾ ਨਸ਼ਾ ਹੈ, ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਹੈ। ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਹਰੇਕ ਸਰਕਾਰ ਕਰ ਗਈ, ਪਰ ਕਿਸੇ ਦੇ ਹੱਥ ਨਹੀਂ ਲੱਗਾ। ਸਾਡੀ ਸਰਕਾਰ ਨੇ ਤਾਂ ਨਹੀਂ ਕਿਹਾ ਸੀ ਜਦੋਂ ਰੁਜ਼ਗਾਰ ਦੇਣਾ, ਸਪੋਰਟਸ ਦੇਵਾਂਗੇ, ਮਿਊਜ਼ਿਕ ਦੇਵਾਂਗੇ, ਰੋਟੀ ਦੇਵਾਂਗੇ, ਰੁਜ਼ਗਾਰ ਦੇਵਾਂਗੇ। ਬੱਚਿਆਂ ਨੇ ਨਸ਼ੇ ਵੱਲ ਜਾਣਾ ਹੀ ਨਹੀਂ, ਬੱਚੇ ਫਰਸਟ੍ਰੇਸ਼ਨ 'ਚ ਨਸ਼ਾ ਕਰਦੇ ਨੇ।